ਅਸੀਂ ਇੱਥੇ ਕੋਈ ਇਦਾਂ ਦੀ ਰਾਜਨੀਤੀ ਨਹੀਂ ਹੈ। ਅਰਵਿੰਦ ਜੀ ਨੇ ਪਹਿਲੇ ਹੀ ਕਿਹਾ ਸੀ ਕਿ ਅਸੀਂ ਗੰਦੀ ਰਾਜਨੀਤੀ ਨਹੀਂ ਕਰਾਂਗੇ, ਅਸੀਂ ਜਿਹੜੀ ਸਹੀ ਰਾਜਨੀਤੀ ਹੈ, ਅੱਛੀ ਰਾਜਨੀਤੀ ਹੈ ਉਹ ਕਰਾਂਗੇ। ਹਰੇਕ ਇਨਸਾਨ ਦਾ ਕੰਮ ਹੋਏਗਾ, ਚਾਹੇ ਉਹ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦਾ ਹੋਵੇ। ਕਿਸੇ ਨੂੰ ਮੈਂ ਆਪਣੀ ਸਾਰੀਆਂ ਟੀਮਾਂ ਨੂੰ ਇਹ ਹਦਾਇਤਾਂ ਦਿੱਤੀਆਂ ਕਿ ਕਿਸੇ ਨੂੰ ਤੁਸੀਂ ਐਂ ਨਹੀਂ ਪੁੱਛਣਾ ਵੀ ਭਾਈ ਤੂੰ ਕਿੱਥੋਂ ਆਇਆ, ਤੂੰ ਕਿਹੜੀ ਪਾਰਟੀ ਦਾ, ਇਹ ਕੋਈ ਸਵਾਲ ਨਹੀਂ ਕਰਨਾ। ਤੁਸੀਂ ਉਹਨੂੰ ਸਿਰਫ ਅਤੇ ਸਿਰਫ ਉਹਦਾ ਕੰਮ ਪੁੱਛਣਾ, ਔਰ ਉਹਦਾ ਕੰਮ ਪੁੱਛ ਕੇ ਕੰਸਰਨਡ ਆਫਿਸਰ ਨੂੰ ਉਸ ਵੇਲੇ ਕਹਿਣਾ ਕਿ ਇਹਦਾ ਕੰਮ ਤੁਰੰਤ ਕਰਕੇ ਕਾਲ ਬੈਕ ਕਰੇ। ਤਕਰੀਬਨ 1000 ਬੰਦਾ ਸਾਡਾ ਇੱਥੋਂ ਸੈਂਟਰ ਕੋਂਸਟੀਚੁਐਂਸੀ ਤੋਂ ਬੱਸਾਂ ਜਾ ਰਹੀਆਂ, ਕਾਰਾਂ ਜਾ ਰਹੀਆਂ। ਉਤਸ਼ਾਹ ਹੀ ਬੜਾ, ਬਹੁਤ ਉਤਸ਼ਾਹ ਹੈ। 100 ਸਮਾਗਮ ਜਿਹੜਾ ਉਹ ਸਾਡੇ ਮਾਣਯੋਗ CM ਸਾਹਿਬ ਦਾ, ਭਗਵੰਤ ਮਾਨ ਜੀ ਦਾ, ਔਰ ਉਸ ਸਮਾਗਮ ਦੇ ਵਿੱਚ ਬਹੁਤ ਜ਼ਿਆਦਾ ਮੈਂ ਦੇਖਣ ਜਾ ਰਿਹਾ ਕਿ ਲੋਕਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਹੈ ਉਸ ਚੀਜ਼ ਦਾ। ਹਰ ਬੰਦਾ ਕਹਿੰਦਾ ਮੈਨੂੰ ਖਟਖੜ ਕਰਾ ਲੈ ਕੇ ਜਾਓ। ਹਰ ਬੰਦਾ ਮਹਿਸੂਸ ਕਰ ਰਿਹਾ ਕਿ ਉਹ ਭਗਤ ਸਿੰਘ ਹੈ, ਉਹ ਭਗਤ ਸਿੰਘ ਦੀ ਜਿਹੜੀ ਫੀਲਿੰਗ ਆ ਉਹਦੇ ਅੰਦਰ ਆ ਰਹੀ ਹੈ। ਸੋ ਮੈਂ ਸਮਝਦਾ ਕਿ ਇਹ ਬੜੀ ਗਰਵ ਦੀ ਗੱਲ ਹੈ, ਬੜੀ ਖੁਸ਼ੀ ਦੀ ਗੱਲ ਹੈ ਅੰਮ੍ਰਿਤਸਰ ਵਾਸੀਆਂ ਲਈ ਵੀ ਔਰ ਪੰਜਾਬ ਵਾਸੀਆਂ। ਕੋਈ ਚੁਣੌਤੀਆਂ ਨਹੀਂ ਹੈ, ਅਸੀਂ ਇਹ ਜਿਹੜੇ ਵਾਅਦੇ ਲੋਕਾਂ ਨਾਲ ਕੀਤੇ ਹੈ ਕਿ ਨਸ਼ਾ ਖਤਮ ਕਰਾਂਗੇ, ਪਹਿਲ ਦੇ ਆਧਾਰ 'ਤੇ ਖਤਮ ਕਰਾਂਗੇ ਉਹਨੂੰ, ਔਰ ਅਸੀਂ ਜਿਹੜਾ ਕਿਹਾ ਸੀ ਇੰਪਲੋਇਮੈਂਟ ਦੇਵਾਂਗੇ ਉਹਦੀ ਅਸੀਂ ਕੋਈ ਨਾ ਕੋਈ ਬਲੂ ਪ੍ਰਿੰਟ ਤਿਆਰ ਕੀਤਾ ਹੈ ਆਲਰੇਡੀ, ਉਹਦੇ ਉੱਤੇ ਇੰਪਲੀਮੈਂਟ ਕਰਾਂਗੇ। ਔਰ ਉਹਦੇ ਬਾਅਦ ਜਿਹੜਾ ਹੈਲਥ ਦੀ ਪ੍ਰੋਬਲਮ ਹੈ, ਐਜੂਕੇਸ਼ਨ ਦੀ ਪ੍ਰੋਬਲਮ ਹੈ, ਔਰ ਬੇਸਿਕ ਪ੍ਰੋਬਲਮਸ ਹੈ, ਚਾਹੇ ਉਹ ਰਾਸ਼ਨ ਕਾਰਡ ਹੈ, ਪੈਨਸ਼ਨ ਕਾਰਡ ਹੈ, ਉਹ ਸਾਰੀਆਂ ਅਸੀਂ ਲੋਕਾਂ ਦੇ ਘਰਾਂ 'ਚ ਹੀ ਬਿਠਾ ਕੇ ਉਹਨਾਂ ਨੂੰ, ਸਾਡੀਆਂ ਟੀਮਾਂ ਜਾਣਗੀਆਂ, ਉਹ ਨਹੀਂ ਕਿਧਰੇ ਜਾ ਕੇ ਧੱਕੇ ਖਾਣਗੇ। ਹਾਂ ਬਿਲਕੁਲ ਬਿਲਕੁਲ, ਅਸੀਂ ਉਹਦੇ 'ਤੇ ਕਰ ਰਹੇ ਹਾਂ, ਵਰਕਆਊਟ ਕਰ ਰਹੇ ਹਾਂ। ਸਰਕਾਰ ਹਲੇ ਬਣੀ ਨਹੀਂ, ਸਰਕਾਰ ਬਣੇਗੀ ਕੱਲ੍ਹ, CM ਸਾਹਿਬ ਨੇ ਸਹੁੰ ਚੱਕਣੀ ਹੈ, ਉਹਦੇ ਬਾਅਦ ਕੈਬਨਿਟ ਸਹੁੰ ਚੱਕੇਗੀ, ਉਹਦੇ ਨਾਲ ਹੀ ਸਰਕਾਰ ਫਾਰਮੇਸ਼ਨ ਹੋ ਜਾਏਗੀ। ਅਤੇ ਜਦੋਂ ਜੋ ਹੀ ਸਰਕਾਰ ਹੋਏਗੀ, ਸਾਡਾ ਜੋ ਜੋ ਵਾਅਦੇ ਅਸੀਂ ਕੀਤੇ ਲੋਕਾਂ ਦੇ ਨਾਲ, ਚਾਹੇ ਉਹ ਬਿਜਲੀ ਦਾ, ਚਾਹੇ ਉਹ ਮੁਹੱਲਾ ਕਲੀਨਿਕਸ ਦਾ, ਚਾਹੇ ਉਹ ਵੂਮੈਨ ਐਮਪਾਵਰਮੈਂਟ ਦਾ, ਚਾਹੇ ਕੋਈ ਵੀ ਵਾਅਦਾ ਹੋ, ਇੱਕ ਇੱਕ ਵਾਅਦਾ ਪੂਰਾ ਕੀਤਾ ਜਾਏ।